ਕਾਦੀਆਂ ਵਿੱਚ ਵੈਸੇ ਤੇ ਈਦ ਬਾਰੇ ਹੁਕਮ ਹੈ ਕਿ ਈਦਗਾਹ ਦੇ ਵਿੱਚ ਜਾਂ ਮਸਜਿਦ ਦੇ ਸਾਰੇ ਸ਼ਹਿਰ ਦੇ ਲੋਕ ਇਕੱਠੇ ਹੋ ਕੇ ਨਮਾਜ਼ ਪੜ੍ਹਨ, ਪਰ ਚੂੰਕਿ ਲਾਕਡਾਊਨ ਦੀ ਵਜ੍ਹਾ ਨਾਲ, ਕਰੋਨਾ ਵਾਇਰਸ ਦੀ ਵਜ੍ਹਾ ਨਾਲ ਗੌਰਮੈਂਟ ਵੱਲੋਂ ਇਹ ਤਾਕੀਦ ਕੀਤੀ ਗਈ ਹੈ ਕਿ ਮਸਜਿਦਾਂ ਦੇ ਵਿੱਚ ਨਮਾਜ਼ ਅਦਾ ਨਹੀਂ ਕਰਨੀ, ਇਸ ਵਾਸਤੇ ਜਮਾਤ ਅਹਿਮਦੀਆ ਦੇ ਇਮਾਮ ਵੱਲੋਂ ਹੁਕਮ ਹੈ ਕਿ ਬਿਲਕੁਲ ਮਸਜਿਦ ਵਿੱਚ ਈਦ ਅਦਾ ਨਹੀਂ ਕਰਨੀ, ਔਰ ਜਿਸ ਤਰ੍ਹਾਂ ਗੌਰਮੈਂਟ ਦੀ ਹਦਾਇਤ ਹੈ ਹੁਕਮ ਉਹਦਾ ਪਾਬੰਦੀ ਪਾਲਣਾ ਕਰਨੀ ਹੈ। ਚੁਨਾਚੇ ਗੌਰਮੈਂਟ ਦੀ ਹਦਾਇਤ ਦੇ ਮੁਤਾਬਿਕ ਅੱਜ ਘਰਾਂ ਦੇ ਵਿੱਚ ਈਦ ਅਦਾ ਕੀਤੀ ਗਈ, ਹਰ ਘਰ ਦੇ ਵਿੱਚ ਮੈਂ ਸਮਝਦਾ ਜਾਂ ਇੱਕ ਦੋ ਘਰ ਮਿਲ ਗਏ ਹੁਣ ਲੱਗ ਗਏ, ਗੁਆਂਢੀ ਰਿਸ਼ਤੇਦਾਰ ਜਿਹੜੇ ਜ਼ਿਆਦਾ ਇੰਨਾ ਹੀ ਹੈ, ਵੈਸੇ ਹਰ ਘਰ ਦੇ ਵਿੱਚ ਨਮਾਜ਼ ਏ ਈਦ ਅਦਾ ਕੀਤੀ ਗਈ ਹੈ ਔਰ ਖੁਸ਼ੀਆਂ ਮਨਾਈਆਂ ਗਈਆਂ ਨੇ। ਬਹਰਹਾਲ ਅਸਲ ਤਾਂ ਇਹ ਹੈ ਕਿ ਜਿਸ ਤਰ੍ਹਾਂ ਗੌਰਮੈਂਟ ਕਹੇ ਉਹਦੇ ਮੁਤਾਬਕ ਚੱਲਣਾ ਚਾਹੀਦਾ। ਇਸਲਾਮ ਸਾਨੂੰ ਇਹ ਦੱਸਦਾ ਕਿ ਜਿਹੜੇ ਹਾਕਮ ਨੇ ਵਕਤ ਦੇ ਉਹਨਾਂ ਦੀ ਆਗਿਆਕਾਰੀ ਕਰੋ, ਚੰਗੀਆਂ ਗੱਲਾਂ ਦੇ ਵਿੱਚ, ਨੇਕ ਗੱਲਾਂ ਦੇ ਵਿੱਚ ਉਹਨਾਂ ਦੀ ਪੂਰਨ ਆਗਿਆਕਾਰੀ ਕਰੋ, ਅਤੇ ਹਰ ਹਰ ਜਮਾਤ ਦੀ ਆਗਿਆਕਾਰੀ ਕਰ ਰਹੀ ਹੈ, ਇਸ ਵਾਸਤੇ ਨਮਾਜ਼ ਘਰਾਂ 'ਚ ਪੜ੍ਹੀ ਗਈ ਹੈ। ਦੇਖੋ ਜੀ, ਈਦ ਦਾ ਸੰਦੇਸ਼ ਇਹੀ ਹੈ ਕਿ ਭਾਈਚਾਰਾ ਜਿਹੜਾ ਈਦ ਦਾ ਸੰਦੇਸ਼ ਹੈਗਾ, ਔਰ ਗਰੀਬਾਂ ਦੀ ਮਦਦ ਕਰਨਾ ਈਦ ਦਾ ਸੰਦੇਸ਼ ਹੈ, ਅਤੇ ਭਾਈਚਾਰੇ ਚਾਰਕ ਸਾਂਝ ਵਧਾਉਣੀ ਅਤੇ ਗਲੇ ਦੇ ਨਾਲ ਗਲਾ ਮਿਲਾਉਣਾ ਇਹ ਸਾਂਝ ਹੈ, ਇੱਕ ਦੂਜੇ ਦੇ ਨਾਲ ਮੁਹੱਬਤ ਦੇ ਨਾਲ ਰਹਿਣਾ ਇਸ ਈਦ ਦਾ ਸੰਦੇਸ਼ ਹੈ। ਇਸ ਈਦ ਦਾ ਸੰਦੇਸ਼ ਇਹ ਦਿੰਦਾ ਹੈ ਕਿ ਤੁਸੀਂ ਪੂਰੇ ਦੇਸ਼ ਵਾਸੀਆਂ ਨੇ ਔਰ ਜਿੱਥੇ ਤੁਸੀਂ ਰਹਿੰਦੇ ਹੋ ਉਸ ਦੇ ਕਾਨੂੰਨ ਨੂੰ ਫੋਲੋ ਕਰਨਾ, ਅਤੇ ਆਪਣੇ ਭਾਈਚਾਰੇ ਨੂੰ, ਆਪਣੇ ਗਰੀਬਾਂ ਨੂੰ ਆਪਣੇ ਗਲੇ ਲਗਾਉਣਾ ਅਤੇ ਉਹਨਾਂ ਦੀ ਮਦਦ ਕਰਨੀ ਹੈ। ਜਿਵੇਂ ਅੱਜ ਦੇ ਹਾਲਾਤ ਨੇ ਕੁਆਰੰਟਾਈਨ ਕਰਕੇ ਮਜ਼ਦੂਰਾਂ ਨੂੰ ਦਿਹਾੜੀ ਨਹੀਂ ਮਿਲ ਰਹੀ, ਅਤੇ ਸਾਡਾ ਇਸਲਾਮ ਉਹਨੂੰ ਇਹ ਸੰਦੇਸ਼ ਦਿੰਦਾ ਹੈ ਕਿ ਉਹਨਾਂ ਦੀ ਜਿਹੜੀ ਹੈ ਉਹਨਾਂ ਦੀ ਹਾਲਾਤਾਂ ਦੇ ਉੱਪਰ ਉਹਨਾਂ ਦਾ ਸਾਥ ਦਿੱਤਾ ਜਾਵੇ ਹਰ ਹਾਲ ਦੇ ਵਿੱਚ, ਚਾਹੇ ਉਹ ਖਾਣੇ ਦਾ ਹੋਵੇ ਜਾਂ ਉਹਨਾਂ ਦੀ ਮਾਲੀ ਮਦਦ ਦਾ ਹੋਵੇ ਜਾਂ ਬਿਮਾਰੀ ਦੇ ਹਾਲਾਤ ਦੇ ਵਿੱਚ ਉਹਨਾਂ ਨੂੰ ਦਵਾਈਆਂ ਦਾ ਹੋਵੇ। ਅਤੇ ਮੈਂ ਸਾਰੇ ਆਪਣੇ ਮੁਸਲਮਾਨ ਭਾਈਚਾਰੇ ਨੂੰ ਇਹ ਸੰਦੇਸ਼ ਦੇਵਾਂ ਕਿ ਵੱਧ ਤੋਂ ਵੱਧ ਆਪਣਾ ਜਿਹੜਾ ਈਦ ਉਲ ਫਿਤਰਾ ਹੈ ਉਸ ਬਿਮਾਰੀ ਦੇ ਜਿਹੜੇ ਲੋਕ ਸ਼ਿਕਾਰ ਹੋਏ ਨੇ ਉਹਨਾਂ ਦੇ ਵਾਸਤੇ ਕੀਤਾ ਜਾਵੇ। ਕਾਨੂੰਨ ਨੂੰ ਅਤੇ ਜਿਸ ਤਰ੍ਹਾਂ ਸਾਡੇ ਪ੍ਰਸ਼ਾਸਨ ਦੇ ਜਿਹੜੇ ਜਿੱਦਾਂ ਸਾਨੂੰ ਸਮਝਾਇਆ ਗਿਆ ਸੀ, ਅਸੀਂ ਉਹਨਾਂ ਨੂੰ ਪੂਰਾ ਖਿਆਲ 'ਚ ਰੱਖਦੇ ਹੋਏ ਆਪਣੀ ਮਸਜਿਦ ਨੂੰ ਤਾਲਾ ਲਗਾ ਕੇ ਅਤੇ ਆਪਣੇ ਘਰ ਵਿੱਚ ਮਸਜਿਦ ਜਿਹੜੀ ਹੈ ਉਹ ਨਮਾਜ਼ ਅਦਾ ਕੀਤੀ ਗਈ ਹੈ। ਔਰ ਸਾਰੇ ਹੀ ਮੁਸਲਮਾਨਾਂ ਨੇ, ਗੁਰਦਾਸਪੁਰ ਖਾਸ ਕਰਕੇ ਅਸੀਂ ਦੇਖਿਆ ਕਿ ਉਹਨਾਂ ਨੇ ਸਾਰਿਆਂ ਨੇ ਈਦ ਘਰਾਂ ਦੇ ਵਿੱਚ ਮਨਾਈ ਹੈ।